ਜਾਲੀ ਵਿਆਹ ਕਰਵਾਉਣ ਵਾਲਿਆਂ ਦੇ ਗੱਲ ਪਏ ਨਿਹੰਗ ਸਿੰਘ। ਮੌਕੇ ਤੇ ਪਹੁੰਚ ਕੇ ਪਾਤਾ ਪਰਥੂ। ਦੱਸ ਦਈਏ ਕਿ ਘਰ ਦੇ ਵਿੱਚ ਹੀ ਲਾਵਾਂ ਫੇਰੇ ਕਰਵਾਉਂਦੇ ਸੀ ਗੁਰੂ ਸਾਹਿਬ ਦਾ, ਪ੍ਰਕਾਸ਼ ਵੀ ਘਰ ਦੇ ਵਿੱਚ ਕੀਤਾ ਹੋਇਆ ਤੇ ਜਾਲੀ ਸਰਟੀਫਿਕੇਟ ਬਣਾ ਕੇ ਵੀ ਦਿੰਦੇ ਸੀ ਇਹ ਪਰਿਵਾਰ। ਇੱਕ ਕੁੜੀ ਜਿਸ ਦਾ ਜਾਲੀ ਵਿਆਹ ਕਰਵਾਇਆ ਇਹਨਾਂ ਨੇ, ਉਹ ਆਪਣੇ ਸਹੁਰੇ ਦੇ ਸਮੇਤ ਇੱਥੇ ਪਹੁੰਚੀ, ਨਾਲ ਨਿਹੰਗ ਸਿੰਘ ਪਹੁੰਚੇ, ਜਿਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਇਸ ਘਰ 'ਚ ਰਹਿਣ ਵਾਲਾ, ਇਸ ਘਰ ਦਾ ਜਿਹੜਾ ਮਾਲਕ ਹੈ, ਉਹ ਗਾਇਬ ਦੱਸਿਆ ਜਾ ਰਿਹਾ ਹੈ। ਤਾਂ ਅੰਮ੍ਰਿਤਸਰ ਦੇ ਬੀ ਡਿਵੀਜ਼ਨ ਥਾਣੇ ਅੰਦਰ ਆਉਂਦਾ ਇਹ ਇਲਾਕਾ, ਜਿੱਥੇ ਜਾਲੀ ਵਿਆਹ ਕਰਵਾਉਣ ਵਾਲਿਆਂ ਦੇ ਘਰ ਪਹੁੰਚੇ ਨੇ ਨਿਹੰਗ ਸਿੰਘ, ਜਿਨ੍ਹਾਂ ਦੇ ਵੱਲੋਂ ਭੜਥੂ ਪਾ ਦਿੱਤਾ ਗਿਆ। ਨਿਹੰਗ ਸਿੰਘਾਂ ਦੇ ਵੱਲੋਂ ਬੇਅਦਬੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੂੰ ਘਰ ਦੇ ਅੰਦਰ ਕਿਵੇਂ ਰੱਖ ਸਕਦਾ ਹੈ ਕੋਈ? ਜੇਕਰ ਰੱਖਣਾ ਹੁੰਦਾ ਤਾਂ ਸਾਰੀ ਮਰਿਆਦਾ ਪਾਲਣਾ ਕਰਨੀ ਪੈਂਦੀ, ਅੰਮ੍ਰਿਤਧਾਰੀ ਸ਼ਖਸ ਹੋਣਾ ਚਾਹੀਦਾ ਹੈ ਅਤੇ ਹੋਰ ਵੀ ਕਈ ਜਿਹੜੇ ਮਰਿਆਦਾ ਹੁੰਦੀ ਆ ਉਸ ਦੀ ਪਾਲਣਾ ਕਰਨੀ ਪੈਂਦੀ ਹੈ। ਤਾਂ ਪਹਿਲਾਂ ਹੀ ਗੱਲ ਨਿਹੰਗ ਸਿੰਘਾਂ ਦੀ ਇਹ ਸੀ ਅਤੇ ਦੂਜੀ ਗੱਲ ਇਹ ਕਿ ਜਾਲੀ ਵਿਆਹ ਕਰਵਾਏ ਜਾਂਦੇ ਸਨ, ਜਾਲੀ ਲਾਵਾਂ ਪੜੀਆਂ ਜਾਂਦੀਆਂ ਸੀ ਅਤੇ ਜਾਲੀ ਸਰਟੀਫਿਕੇਟ ਬਣਾ ਕੇ ਦਿੱਤੇ ਜਾਂਦੇ ਸੀ। ਤਾਂ ਮੌਕੇ 'ਤੇ ਪਹੁੰਚ ਗਏ ਨੇ ਨਿਹੰਗ ਸਿੰਘ। ਦੇਖੋ ਇਹ ਤਸਵੀਰਾਂ ਜੋ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ, ਅਤੇ ਜਿਹੜੇ ਸਰਟੀਫਿਕੇਟ ਦਿੱਤੇ ਗਏ ਨੇ ਜਾਲੀ, ਉਹ ਵੀ ਬਰਾਮਦ ਕਰ ਲਏ ਗਏ ਨੇ ਨਿਹੰਗਾ ਸਿੰਘਾਂ ਨੇ, ਅਤੇ ਨਾਲ ਹੀ ਨਾਲ ਪੁਲਿਸ ਵੀ ਮੌਜੂਦ ਹੈ। ਆਓ ਮੌਕੇ 'ਤੇ ਕੀ ਮਾਹੌਲ ਬਣਿਆ ਦੇਖਦੇ ਹਾਂ। ਕੀ ਨਾਮ ਜੀ ਆਪਣਾ? ਮੇਰਾ ਹਰਪਿੰਦਰ ਕੌਰ। ਹਾਂਜੀ, ਮੇਰਾ ਦੋ ਨੰਬਰ 'ਚ ਇਹਨੇ ਮੇਰੀ ਬੇਟੀ ਦਾ ਵਿਆਹ ਕੀਤਾ। ਹਾਂ, ਸਰਟੀਫਿਕੇਟ ਡੁਪਲੀਕੇਟ ਕੱਟ ਕੇ ਦਿੱਤਾ, ਪੈਸੇ ਲੈ ਕੇ ਉਹਦਾ ਵਿਆਹ ਕਰ ਦਿੱਤਾ। ਹਾਂ, ਮਹੀਨਾ ਹੋ ਗਿਆ ਕੁੜੀ ਘਰੋਂ ਗਏ ਪਿਆ, 3 ਫਰਵਰੀ ਨੂੰ ਕੀਤਾ। ਸਾਨੂੰ ਥੋੜ੍ਹਾ ਥੋੜ੍ਹਾ ਥਾਣੇ 'ਚ ਮਿਲਦਾ ਪਰੂਫ ਮਿਲਦਾ ਗਿਆ ਕਿ ਉੱਥੇ ਤੁਹਾਡੀ ਬੇਟੀ ਦਾ ਵਿਆਹ ਹੋ ਚੁੱਕਾ। ਹਾਂਜੀ, ਸਾਨੂੰ ਥਾਣੇ ਵਾਲਿਆਂ ਸਰਟੀਫਿਕੇਟ ਖੜ ਕੇ ਦਿੱਤਾ ਕਿ ਇੱਥੋਂ ਹੋਇਆ। ਹਾਂਜੀ, ਇਹਨਾਂ ਨੂੰ ਅਸੀਂ ਬਾਬਾ ਜੀ ਨੂੰ ਕਾਲ ਕੀਤੀ, ਇਹਨਾਂ ਨੂੰ ਅਸੀਂ ਆਖਿਆ ਇਹਨਾਂ ਨੂੰ ਸਾਫ਼ ਕਰ ਦੇਣਾ ਸਾਡਾ। ਅਸੀਂ ਇਹਨੇ 2 ਨੰਬਰੀ ਦੇ ਵਿਆਹ ਬੰਦ ਕੀਤੇ ਜਾਣ, 2 ਨੰਬਰੀ ਦੇ ਵਿਆਹ ਨਹੀਂ ਹੋਣੇ ਚਾਹੀਦੇ। ਪੈਸੇ ਲੈ ਕੇ ਬਾਬਾ ਵਿਆਹ ਕਰੀ ਜਾਂਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਡਿਆ ਅੰਦਰ ਰੱਖ ਕੇ, ਲਾਗੇ ਬਾਥਰੂਮ ਬਣਾਇਆ, ਲਾਗੇ ਗੁਰੂ ਗ੍ਰੰਥ ਸਾਹਿਬ ਰੱਖਿਆ, ਬੇਅਦਬੀ ਕਰਨ ਡਿਆ ਏ। 2 ਨੰਬਰੀ ਦੇ ਵਿਆਹ ਲੋਕਾਂ ਦੇ ਧੀਆਂ ਨੂੰ, ਜਵਾਨਾਂ ਨੂੰ 2 ਨੰਬਰੀ ਦੇ ਵਿਆਹ ਕਰਕੇ ਤੇ ਇੱਥੋਂ ਕੱਲੀ ਜਾ ਰਹੀ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੱਟ ਵਾਲੀ ਗੜੀ ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ, ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ, ਅਤੇ ਦੂਸਰਾ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਹੈ, ਸ਼ਹੀਦਾਂ ਦੇ ਬਿਲਕੁਲ ਨਜ਼ਦੀਕ ਹੈ। ਇੱਥੇ ਕਈ ਇੱਕ ਭੈਣ ਆਈ ਆ, ਉਹਦੀ ਲੜਕੀ ਕੀ ਨਾਂ? ਨਵਨੀਤ ਕੌਰ, ਜਿਹਨੇ ਇੱਥੇ ਕੋਰਟ ਮੈਰਿਜ ਕਰਵਾਈ। ਉਹ ਇੱਥੋਂ ਦਾ ਜਿਹੜਾ ਮਹਤਾਬ ਸਿੰਘ ਗ੍ਰੰਥੀ ਬਣਿਆ ਵਾ, ਜਿਹਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ, ਥੱਲੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਉੱਤੇ ਰਾਸ਼ ਕੀਤੀ ਹੈ, ਅਤੇ ਕੋਈ ਸਤਿਗੁਰਾਂ ਦਾ ਸਤਿਕਾਰ ਨਹੀਂ ਆ। ਪਰ ਆਹ ਜਿਹੜਾ ਸਰਟੀਫਿਕੇਟ ਜਾਲੀ ਦਿੱਤਾ ਗਿਆ, ਪਤਾ ਲੱਗਾ ਕਿ 177 ਵਿਆਹ ਜਿਹੜੇ ਆ ਇਹਨੇ ਕਰ ਦਿੱਤੇ ਆ 2 ਨੰਬਰ 'ਚ, ਪੈਸਿਆਂ ਦੀ ਖਾਤਰ 3000 4000 5000 ਵੀ ਮੰਗ ਲੈਂਦਾ। ਇੱਕ ਲੜਕੀ ਹੋਰ ਆਈ ਆ ਜਿਹੜੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਆ, ਉਹਦਾ ਵੀ ਘਰ ਉੱਜੜਿਆ। ਪਹਿਲਾਂ ਲੋਕ ਕੋਰਟ ਮੈਰਿਜ ਵਾਸਤੇ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਸਤੇ ਜਾਲੀ ਸਰਟੀਫਿਕੇਟ ਲੈ ਲੈਂਦੇ ਆ, ਅਤੇ ਹਾਈ ਕੋਰਟ ਵੱਲੋਂ ਵੀ ਜਿਹੜੇ ਆਰਡਰ ਆਏ ਆ ਅਤੇ ਕਿਹਾ ਕਿ ਜਿਹੜੇ ਇੱਦਾਂ 2 ਨੰਬਰ ਦੇ 'ਚ ਵਿਆਹ ਕਰ ਰਹੇ ਨੇ ਉਹਨਾਂ ਦੇ ਉੱਤੇ ਭਾਂਤੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਅਸੀਂ ਪ੍ਰਸ਼ਾਸਨ ਕੋਲੋਂ ਮੰਗ ਵੀ ਕਰਦੇ ਹਾਂ ਕਿ ਇਹ ਜਿਹੜੇ ਸ਼ਹਿਰਾਂ ਦੇ ਵਿੱਚ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ, ਕੋਈ ਚੰਡੀਗੜ੍ਹ ਬੈਠਾ, ਕੋਈ ਜਲੰਧਰ ਬੈਠਾ ਹੈ, ਅਤੇ ਨਾ ਗੁਰੂ ਦੀ ਮਰਜ਼ਾਦਾ ਦੀਆਂ ਧੱਜੀਆਂ ਡਾ। ਉਹ ਇਹ ਬੇਨਤੀ ਆ, ਲੇਖਾ ਦੇਣਾ ਪੈਣਾ, ਮਾਇਆ ਨਾਲ ਨਹੀਂ ਜਾਂਦੀ। ਵੇਖੀ ਤੁਸੀਂ ਮਾਇਆ ਦੀ ਖਾਤਰ ਲੋਕਾਂ ਦੇ ਘਰ ਉਜਾੜ ਰਹੇ ਜੇ, ਮਾਇਆ ਇੱਥੇ ਰਹਿ ਗਈ ਆ, ਨਾ ਸਾਡੇ ਬਜ਼ੁਰਗਾਂ ਨੇ ਖੜੀ ਅਤੇ ਨਾ ਹੀ ਖੜਨੀ ਆ, ਅਤੇ ਨਾ ਇੱਦਾਂ ਕਰੋ। ਗੁਰੂ ਦੀ ਮਰਜ਼ਾਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਇਹ ਕੰਮ ਕਰਨ ਵਾਲਿਓ, ਤੁਸੀਂ ਕਦੀ ਬਖਸ਼ੇ ਨਹੀਂ ਜਾਓਗੇ।
ਇਹ ਮਰਦਾਦਾ ਦੀਆਂ ਤੁਸੀਂ ਧੱਜੀਆਂ ਡਾ ਰਹੇ ਜੇ। ਆਹ ਜਿਹੜੀ ਭੈਣ ਆਈ ਆ ਜਿਹਦਾ ਘਰ ਉੱਜੜਿਆ, ਜਿਹੜੀ ਲੜਕੀ ਨੂੰ ਚਾਵਾਂ ਦੇ ਨਾਲ ਜੰਮਿਆ ਪਾਲਿਆ ਵੱਡਿਆਂ ਕੀਤਾ ਪੜ੍ਹਾਇਆ ਲਿਖਾਇਆ ਅਤੇ ਘਰੋਂ ਤੋਰਨਾ ਸੀ, ਘਰੋਂ ਤੋਰਨਾ ਸੀ ਚਾਵਾਂ ਦੇ ਨਾਲ, ਉਹ ਅੱਜ ਦਰ ਦਰ ਦੇ ਧੱਕੇ ਖਾਂਦੇ ਫਿਰ ਰਹੇ ਆ। ਅਤੇ ਮੇਰੀ ਬੇਨਤੀ ਆ ਵਕੀਲਾਂ ਗਾੜੀ ਵੀ ਹੱਥ ਜੋੜ ਕੇ, ਵਕੀਲ ਸਾਹਿਬ ਜੇ ਤੁਹਾਨੂੰ ਕੋਈ ਕਲਮ ਦੇ ਦਿੱਤੀ ਹੈ ਤੁਸੀਂ ਪੜ੍ਹਾਈ ਕੀਤੀ ਹੈ, ਇਹ ਕੰਮ ਨਾ ਕਰੋ ਮੇਰੀ ਬੇਨਤੀ ਹੈ। ਇਹ ਮਾਇਆ ਦੀ ਖਾਤਰ ਮਾਇਆ ਤਾਂ ਰਹਿ ਜਾਣੀ ਇੱਥੇ, ਤੁਹਾਨੂੰ ਜੇ ਕਲਮ ਦਿੱਤੀ ਹੈ ਜਿਹੜੇ ਤਾਂ ਭੱਜ ਕੇ ਘਰੋਂ ਆਣ ਕੇ ਕੋਰਟਾਂ ਵਿੱਚ ਵਿਆਹ ਕਰਾਉਂਦੇ ਆ, ਉਹਨਾਂ ਦੇ ਬਿਲਕੁਲ ਨਾ ਕਰਾਓ, ਨਾ ਕਰਾਓ ਮੇਰੀ ਬੇਨਤੀ ਹੱਥ ਜੁੜ ਕੇ। ਦੇਖੋ ਪ੍ਰਸ਼ਾਸਨ ਆਇਆ, ਇਹਨਾਂ ਨੇ ਹੁਣੇ ਫੋਨ ਕਰਕੇ ਸੱਦ ਲੈਣਾ, ਤਾਲੇ ਖੁੱਲ੍ਹ ਜਾਣੇ ਆ, ਤਾਲੇ ਵੀ ਖੁੱਲ੍ਹ ਜਾਣੇ, ਸਭ ਕੁਝ ਹੋ ਜਾਣਾ, ਤੁਹਾਡੇ ਸਾਹਮਣੇ ਹੋਣਾ ਵਾ, ਉਨੇ ਚਿਰ ਅਸੀਂ ਜਾਣਾ ਨਹੀਂ ਆ ਜਿੰਨੇ ਚਿਰ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਾਏ। ਇੱਕ ਮੈਂ ਹੋਰ ਬੇਨਤੀ ਕਰਦਾ, ਮੈਂ ਵਿਜੇ ਸਿੰਘ ਨੂੰ ਫੋਨ ਕੀਤਾ ਜਿਹੜਾ ਸਕੱਤਰ ਹੈ ਧਰਮ ਪ੍ਰਚਾਰ ਸ਼੍ਰੋਮਣੀ ਕਮੇਟੀ, ਮੈਂ ਉਹਨੂੰ ਫੋਨ ਕੀਤਾ ਕਿ ਭਾਈ ਸਾਹਿਬ ਜੀ ਮੁਲਾਜ਼ਮ ਭੇਜੋ ਇੱਥੇ ਨਾਲ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਰਾਮ ਸਾਹਿਬ ਸਭਾਏ ਮਨ ਕਰਨੇ ਆ। ਉਹ ਆਉਂਦੇ ਪਹਿਲਾਂ ਐਪਲੀਕੇਸ਼ਨ ਭੇਜੋ ਅਤੇ ਜਾਓ ਪ੍ਰਸ਼ਾਸਨ ਨੂੰ ਤੁਸੀਂ ਦੱਸ ਦਿਓ ਫਲਾਣੇ ਥਾਂ ਇੱਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ, ਪ੍ਰਸ਼ਾਸਨ ਤੁਰੰਤ ਉਸ ਵੇਲੇ ਪਹੁੰਚ ਜਾਂਦਾ। ਅਤੇ ਇਹ ਆਉਂਦੇ ਪਹਿਲਾਂ ਐਪਲੀਕੇਸ਼ਨ ਦਿਓ ਅਤੇ ਫਿਰ ਜਾਣਾ ਅਸੀਂ, ਅਤੇ ਸਾਨੂੰ ਕੋਈ ਵੀ ਦੱਸੇ ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਗੁਰੂ ਦੀ ਕਿਰਪਾ ਨਾਲ ਉੱਥੇ ਪਹੁੰਚ ਜਾਂਦੇ ਹਾਂ ਜਿੱਥੇ ਕੋਈ ਬੇਦਬੀ ਕਰਨ ਦਿਆਂ ਜਾਂ ਕਰਨ ਹੋਈ ਹੁੰਦੀ ਹੈ। ਵੀ ਬੇਨਤੀ ਹੈ ਮੇਰੀ ਸਿੱਖ ਕੌਮ ਨੂੰ, ਇਹਨਾਂ ਲੋਕਾਂ ਕੋਲੋਂ ਜਿਹੜੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਬੈਠੇ ਆ, ਸਾਡਾ ਨੰਬਰ ਨੋਟ ਕਰ ਲਓ 98152-13317, ਅਤੇ ਇਹ ਦੱਸੋ ਕਿੱਥੇ ਕਿੱਥੇ ਲੋਕ ਇੱਦਾਂ ਦੇ ਕਰਮ ਕਰ ਰਹੇ ਨੇ ਮਾਇਆ ਦੀ ਖਾਤਰ, ਜਿਹੜੇ ਲੋਕਾਂ ਦੇ ਕੋਰਟ ਮੈਰਿਜ ਵਾਸਤੇ ਜਾਅਲੀ ਸਰਟੀਫਿਕੇਟ ਦਿੰਦੇ ਆ, ਇਹ ਸਾਡੇ ਕੋਲ ਆਏ ਪ੍ਰੂਫ, ਅਸੀਂ ਕਦੀ ਵੀ ਇਹ ਬੰਦੇ ਦਾ ਲਿਹਾਜ਼ ਨਹੀਂ ਕਰਾਂਗੇ। ਪ੍ਰਸ਼ਾਸਨ ਨਾਲ ਆਇਆ ਵਾ, ਕਾਨੂੰਨ ਨੂੰ ਹੱਥ 'ਚ ਨਹੀਂ, ਕਾਨੂੰਨ ਨਾਲ ਲਵਾਂਗੇ। ਜੇ ਤਾਂ ਪ੍ਰਸ਼ਾਸਨ ਪੂਰਾ ਇੱਥੇ ਬਾਂਦਾ ਸਿਕੰਜਾ ਕੱਸ ਦੇਵੇਗਾ ਤਾਂ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ, ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਹੋਰ ਵੀ ਵੇਖਦੇ ਕੀ ਕਰ ਰਿਹਾ ਇੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਉਹਨਾਂ ਵੱਲੋਂ ਜਿਹੜੀ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੀ ਅੱਗੇ ਅਰਦਾਸ ਬੇਨਤੀ ਜਿਹੜੀ ਆ ਕੀਤੀ ਜਾ ਰਹੀ ਹੈ। ਔਰ ਜੇਕਰ ਗੱਲ ਕਰੀਏ ਤਾਂ ਇਸ ਵਕਤ ਜਿਹੜੀ ਆ ਘਰ ਦੇ ਅੰਦਰ ਅਰਦਾਸ ਹੋ ਰਹੀ ਹੈ, ਦਿਖਾ ਦਿਓ ਨਾਲ ਕੈਮਰੇ ਵਿੱਚ ਜੀ। ਕਮੇਟੀ ਕਰਾਈ ਜਾਂਦੀ ਆ, ਜਿਹੜਾ ਰਜਿਸਟਰ ਵੱਲੋਂ ਕੋਈ ਕਰਕੇ ਦਿੰਦਾ ਉਹਨੂੰ ਡਰ ਹੁੰਦਾ ਕਿ ਭੜ ਕੇ ਮੇਰੇ ਤੇ ਕਾਨੂੰਨੀ ਕਾਰਵਾਈ ਹੋ ਜਾਣੀ ਆ। ਹੁਣ ਇਸ ਬੰਦੇ ਦਾ ਕੋਈ ਫੋਨ ਨੰਬਰ ਨਹੀਂ ਇਹਦੇ ਤੇ ਜਿਹੜਾ ਦਿੱਤਾ ਗਿਆ ਵਾ, ਕੋਈ ਫੋਨ ਨੰਬਰ ਨਹੀਂ ਹੈਗਾ ਪਿੱਛਣਾ ਕਰੋ ਜੀ। ਇਹ ਤੇ ਕੋਈ ਵੇਖੋ ਨਾ ਲੜਕੀ ਦੇ ਮਾਂ ਪਿਓ ਦੇ ਸਹਿਣ ਹੈਗੇ ਆ ਜੀ, ਜਿਹੜੀ ਕੋਰਟ ਮੈਰਿਜ ਹੁੰਦੀ ਆ ਉਹਦੇ ਇਹ ਆ ਕਿ ਮਾਂ ਪਿਓ ਦੇ ਜਾਂ ਭਰਾ ਦੇ ਸਹਿਣ ਹੋਣੇ ਜਾਂ ਮਾਮਿਆਂ ਦੇ ਜਾਂ ਚਾਚਿਆਂ ਤਾਇਆਂ ਦੇ, ਇੱਥੇ ਜਿਹੜੇ ਆ ਕਿ ਕੋਈ ਵੀ ਕਿਸੇ ਦੇ ਸਹਿਣ ਨਹੀਂ ਹੈਗੇ। ਅੱਛਾ, ਇਸ ਕਰਕੇ ਇਹ ਪਤਾ ਲੱਗ ਗਿਆ। ਹਾਂ, ਫਿਰ ਕਾਰਵਾਈ ਦੀ ਮੰਗ ਕਰਦੇ ਆ, ਅਸੀਂ ਮੰਗ ਇਹ ਕਰਦੇ ਹਾਂ ਕਿ ਜਿਹੜੇ ਇੱਦਾਂ ਦੇ ਲੋਕ ਸ਼ਹਿਰਾਂ 'ਚ ਬੈਠੇ ਨੇ ਇਹਨਾਂ ਦੇ ਉੱਤੇ ਸਿਕੰਜਾ ਕਿੱਥੋਂ ਕੱਸਿਆ ਜਾਣਾ ਵਾ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਬੇਨਤੀ ਕੀਤੀ ਹੈ ਕਿ ਨਾਂ ਤਾਂ ਨੇਪਾਲ ਤੋਂ ਆਏ ਜੀ, ਇਹ ਲੈ ਕੇ ਇਹ ਆਏ ਆ ਸ਼੍ਰੋਮਣੀ ਕਮੇਟੀ ਵੱਲੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਪਾਈ ਅੱਗੇ ਪ੍ਰਾਈਵੇਟ ਪ੍ਰੈਸਾਂ ਕਰਦੀ ਸੀ, ਪਰ ਹੁਣ ਇਸ ਵੇਲੇ ਇਕੱਲੀ ਸ਼੍ਰੋਮਣੀ ਕਮੇਟੀ ਕਰ ਰਹੀ ਆ। ਜਿਹੜੇ ਇਹ ਮੇਨ ਦੋਸ਼ੀ ਇਹ ਲੋਕ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਕੋਰਟ ਆਨੰਦ ਕਾਰਜ ਨਾ ਕੀਤੇ ਜਾਂ ਸਰਟੀਫਿਕੇਟ ਨਾ ਦਿੱਤਾ ਜਾਵੇ ਤਾਂ ਸਮਝ ਲਓ ਕੀ ਹੋਵੇਗਾ,
ਕਿ ਉਹਦੇ ਆਨੰਦ ਕਾਰਜ ਨਹੀਂ ਹੋਣਗੇ। ਫਿਰ ਅਸੀਂ ਉਹ ਲੜਕੀ ਨੂੰ ਪੁੱਛਦੇ ਹਾਂ, ਪੁੱਤ ਚਾਰ ਲਾਵਾਂ ਕਰਾਈਆਂ ਸੀ, ਚਾਰ ਲਾਵਾਂ ਕਰਾਈਆਂ ਸੀ, ਜਦੋਂ ਚਾਰ ਲਾਵਾਂ ਕਰਾਈਆਂ ਜਾਂਦੀਆਂ ਵਾ ਉਸ ਤੋਂ ਪਹਿਲਾਂ ਲੜਕੀ ਵੱਲੋਂ ਉਸ ਲੜਕੀ ਵੱਲੋਂ ਕੁਝ ਹੋਰ ਵੀ ਗੱਲ ਆ ਰਹੀ ਹੈ ਕਿ ਤੁਹਾਡਾ ਪਹਿਲਾਂ ਵੀ ਕੋਈ ਵਿਆਹ ਹੋਇਆ ਸੀ? ਪਹਿਲਾਂ ਵਿਆਹ ਹੋਇਆ ਜਾਂ ਪਹਿਲੇ? ਪਹਿਲੀ ਵਾਰੀ ਹੋਇਆ ਇਹ ਮੁਝੇ ਫਸਾਨੇ ਕੇ ਲਈ ਮੁਝੇ ਫਰੋਡ ਇਲਜ਼ਾਮ ਲਗਾਏ ਜਾ ਰਹੇ ਝੂਠੇ। ਅਗਰ ਪਹਿਲੇ ਵੀ ਹੋਇਆ ਤਾਂ ਮੁਝੇ ਲਾ ਕੇ ਦਿਆ ਜਾਏ, ਸਬੂਤ ਦਿਖਾਇਆ ਜਾਏ, ਇਸੇ ਮੁਝੇ ਫਸਾਨੇ ਕੇ ਲਈ ਮੇਰੇ ਪੇ ਝੂਠੇ ਇਲਜ਼ਾਮ ਲਗਾਏ ਜਾ ਰਹੇ। ਅੱਛਾ ਲੇਖੋ ਜੀ, ਜੋ ਸਾਨੂੰ ਪਤਾ ਲੱਗਾ ਸੀ ਪ੍ਰੂਫ ਇਕੱਠੇ ਕੀਤੇ ਆ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ, ਜਿਹੜੇ ਲੜਕੇ ਲੋ ਆਏ ਸੀ ਅਸੀਂ ਉਹਨਾਂ ਦੀ ਵੀ ਬਾਈਟ ਸੁਣੀ ਸੀ। ਉਹਨਾਂ ਨੇ ਕਿਹਾ ਵੀ ਲੜਕੀ ਝੂਠ ਬੋਲਦੀ ਹੈ, ਮੇਰਾ ਪਿਓ ਨਹੀਂ ਹੈਗਾ। ਕੋਈ ਬੱਚੀ ਝੂਠ ਨਹੀਂ ਬੋਲਦੀ, ਉਹ ਸਰਟੀਫਿਕੇਟ ਲੈ ਕੇ ਆਈ ਵੀ ਉਹਦੇ ਪਿਓ ਦੀ ਡੈਥ ਹੋਈ ਹੈ, ਇਹ ਸਰਟੀਫਿਕੇਟ ਹੈਗਾ। ਪਹਿਲਾਂ ਹੀ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੇ ਹਾਂ। ਜਿਹੜੇ ਮੌਕਲ ਮਹਿਮਾਨ ਪ੍ਰੈਸ ਦੇ ਸਾਹਮਣੇ ਆਏ ਕਹਿੰਦੇ ਸੀ ਵੀ ਲੜਕੀ ਦਾ ਪਿਓ ਜਿੰਦਾ ਹੈਗਾ, ਲੜਕੀ ਝੂਠੀ ਹੈਗੀ ਹੈ, ਲੜਕੀ ਦਾ ਪਿਓ ਦੀ ਡੈਥ ਹੋ ਚੁੱਕੀ ਹੈ, ਲੜਕੀ ਨਾਲ ਪਹਿਲਾਂ ਵੀ ਜਬਰ ਜਨਾਹ ਹੋਇਆ। ਹਾਂਜੀ, ਅਸੀਂ ਸਾਰਾ ਵੈਰੀਫਾਈ ਕੀਤਾ ਜੀ, ਜਾਇਦਾਦ ਮੇਰ ਨੇ, ਇਹ ਪ੍ਰੂਫ ਹੈ, ਇਹ ਪ੍ਰੂਫ ਹੈ, ਮੈਥਿਊ ਸਰਟੀਫਿਕੇਟ ਹੈ ਜਿਸਮੇ ਬੋਲਾ ਜਾ ਰਹਾ ਹੈ ਉਹ ਪ੍ਰੈਸ ਕਾਨਫਰੰਸ ਮੇ ਕਿ ਮੇਰੇ ਫਾਦਰ ਹੈ, ਮੈਂ ਝੂਠ ਬੋਲਤੀ ਹੂੰ, ਮੇਰੇ ਫਾਦਰ ਜਿੰਦਾ ਹੈ। ਇਹ ਦੇਖੀਏ ਸਰ, ਕਿਤਨੇ ਮੇਰੇ ਫਾਦਰ ਕੋ 12-15 ਸਾਲ ਹੋ ਚੁੱਕੇ ਡੈਥ ਹੋਏ ਔਰ ਮੁਝ ਪੇ ਇਹ ਵੀ ਫੇਕ ਇਲਜ਼ਾਮ ਲਗਾਏ ਜਾ ਰਹੇ। ਜਿਹੜੇ ਸੱਜਣ ਨੇ ਇਲਜ਼ਾਮ ਲਾਇਆ ਵੀ ਇਹਦਾ ਪਹਿਲਾਂ ਵੀ ਜਬਰ ਜਨਾਹ ਹੋਇਆ ਹੈ, ਕੀ ਜਿਹੜੀ ਔਰਤ ਦਾ ਪਹਿਲਾਂ ਜਬਰ ਜਨਾਹ ਹੋਇਆ ਹੋਵੇ ਉਹਨੂੰ ਫਿਰ ਖੁੱਲ੍ਹਾ ਛੱਡ ਦੇਣਾ ਚਾਹੀਦਾ? ਜਿਹੜਾ ਮਰਜ਼ੀ ਆਏ ਉਹਦੇ ਨਾਲ ਜਬਰ ਜਨਾਹ ਕਰ ਲਏ, ਕਿ ਉਹਨੂੰ ਖੁੱਲ੍ਹਾ ਛੱਡ ਦੀਏ ਉਸ ਲੜਕੀ ਨੂੰ, ਜਿਹੜਾ ਆਵੇ ਉਹਦੇ ਨਾਲ ਜਬਰ ਜਨਾਹ ਕਰ ਲਏ? ਕਾਨੂੰਨ ਕੀ ਕਹਿੰਦਾ? ਜੇ ਕਿਸੇ ਲੜਕੀ ਨਾਲ ਇੱਕ ਵਾਰੀ ਗੁਨਾਹ ਹੋਇਆ, ਜੇ ਦੁਬਾਰਾ ਹੋਇਆ ਤਾਂ ਦੂਜਾ ਵੀ ਦੋਸ਼ੀ ਹੈ। ਜਿਹੜਾ ਪੰਜਾਬ ਵਿੱਚ ਜਿਹਨੇ ਗੁਨਾਹ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਝੂਠਾ ਸਾਰਾ ਲੈ ਗਏ, ਨਕਲੀ ਵਿਆਹ ਕੀਤਾ, ਜਿਹੜੇ ਬੰਦੇ ਨੇ ਉਹਦੇ ਲੋਕ ਤਰਫਦਾਰੀ ਕਰ ਰਹੇ ਆ, ਲੱਖ ਲਾਣਤ ਇਹੋ ਜਿਹੇ ਪੰਜਾਬੀਆਂ ਦੇ ਜਿਹੜੇ ਅੱਜ ਇਸ ਔਰਤ ਦੇ ਦਰਦ ਨੂੰ ਸਮਝ ਰਹੇ। ਅੱਜ ਸਮਾਜ ਕਿਹੜੇ ਪਾਸੇ ਜਾ ਰਿਹਾ? ਜੇ ਤੇ ਸੱਚਾਈ ਹੈ ਤੇ ਬਿਲਕੁਲ ਅੰਮ੍ਰਿਤਸਰ ਦੀ ਛਵੀ ਕਿਤੇ ਨਾ ਕਿਤੇ ਖਰਾਬ ਕਰਦੇ ਇਸ ਤਰ੍ਹਾਂ ਦੇ ਅੰਦਰ। ਜੇਕਰ ਹਾਂਜੀ ਹਾਂਜੀ ਮਾਮਲਾ ਇਹ ਜੀ, ਅੱਜ ਸਾਨੂੰ ਨਾ ਕੰਪਲੇਂਟ ਮਿਲੀ ਸੀ, ਬਾਬਾ ਬਲਵੀਰ ਸਿੰਘ ਨੇ ਕੰਪਲੇਂਟ ਦਿੱਤੀ ਸੀ, ਮੇਰੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਆ, ਪ੍ਰਕਾਸ਼ ਕੀਤਾ ਹੋਇਆ, ਅਤੇ ਲੜਕੀਆਂ ਦੇ ਵਿਆਹ ਕਰਦੇ ਆ। ਉਸ ਸੰਬੰਧੀ ਅਸੀਂ ਆਏ ਹਾਂ, ਮੌਕਾ ਦੇਖਿਆ ਜੀ, ਮੁੰਡਾ ਕਲਾਇਆ, ਆਪ ਤਾਂ ਹੋਏ ਨਹੀਂ, ਮਹਿਤਾਬ ਸਿੰਘ ਜੀ ਉਹਨੇ ਅਫਸਰਾਂ ਦੇ ਨੋਟਿਸ ਲਿਆਂਦਾ, ਆਪਾਂ ਅਫਸਰ ਆ ਰਹੇ ਨੇ ਸਾਡੇ ਕੋਲ, ਕੁਛ ਨਹੀਂ, ਉਹ ਰਜਿਸਟਰ ਮਿਲਿਆ ਜਿਹਨਾਂ ਦਾ ਕੋਈ, ਜਿਹਨਾਂ ਦੇ ਕੋਈ ਐਂਟਰੀ ਕੀਤੀ ਹੋਈ ਇਹਨਾਂ ਨੇ, ਤਸਦੀਕ ਕਰਦੇ ਜੀ ਅਫਸਰਾਂ ਨੂੰ ਦੱਸਤਾ ਗੁਰੂ ਗ੍ਰੰਥ ਸਾਹਿਬ ਬਾਬਾ ਬਲਵੀਰ ਸਿੰਘ ਨਾ ਮੇਰੇ ਕੋਲ ਆਏ ਆ, ਮੇਰੇ ਕੋਲ ਫਿਰ ਕੰਪਲੇਂਟ ਆਈ ਆ, ਕੰਪਲੇਂਟ ਕਰਕੇ ਮੈਂ ਅੰਦਰ ਦੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਜਿਵੇਂ ਮਹਾਰਾਜ ਸਰੂਪ ਦਾ ਆਸਣ ਜਿੱਥੇ ਹੋਣਾ ਚਾਹੀਦਾ ਉਸ ਉਵੇਂ ਦੀ ਜਗ੍ਹਾ ਨਹੀਂ ਬਣਾਈ ਗਈ, ਲਾਗੇ ਫਲੱਸ਼ ਆ ਲਾਗੇ, ਦੇਖੋ ਜੀ ਗਲੀ ਵਾਲਿਆਂ ਨੂੰ ਵੀ ਚਾਹੀਦਾ ਸੀ ਬੇਸ ਤਾਂ ਨਹੀਂ ਲੱਗਣ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ, ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ, ਪਰ ਗਲੀ ਮੁਹੱਲੇ ਵਾਲਿਆਂ ਨੂੰ ਵੀ ਕੰਪਲੇਂਟ ਕਰ ਦੇਣੀ ਚਾਹੀਦੀ ਵੀ ਇੱਥੇ ਕੋਈ ਬੰਦਾ ਰਹਿ ਕੇ ਪ੍ਰਕਾਸ਼ ਕਰਕੇ ਕੰਮ ਕਰ ਰਿਹਾ, ਯਾਨੀ ਕਿ ਗਲਤ ਹੋ ਰਿਹਾ ਸੀ, ਗਲਤ ਹੋ ਰਿਹਾ। ਹਾਂਜੀ, ਪਰ ਇਹ ਜਦੋਂ ਅਸੀਂ ਆਏ ਹਾਂ ਮੌਕਾ ਕੀ ਦੇਖਿਆ, ਪੈਟਰੋਲ ਹੇਠ ਹੈ, ਪਰ ਇਹ ਜੋ ਇਹਨਾਂ ਨੇ ਕੀਤਾ ਹੋਇਆ ਗਲੀ ਦੇ ਵਿੱਚ ਉਹ ਮਾੜੀ ਗੱਲ ਹੈ।